ਸ਼ਬਦ ਗੁਰੂ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਜਬਰ ਸ਼ਤਰ ਤਕ ਦੇ ਮਾਲਕ ਗੁਰਦੇਵ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਜ ਬੈਠੇ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਓ ਜਿਤਨੇ ਵੀ ਸਰੀਰ ਸਾਹਿਬਾਂ ਦੀ ਪਾਵਨ ਮੁਬਾਰਕ ਗੋਦ ਦੇ ਅੰਦਰ ਬੈਠੇ ਹਾਜ਼ਰੀਆਂ ਲਗਵਾ ਰਹੇ ਨੇ ਆਓ ਆਓ ਸਭ ਤੋਂ ਪਹਿਲਾਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ ਕੋਈ ਵੀ ਰਸਨਾ ਬਾਂਝੀ ਨਾ ਰਹੇ ਬਾਜਾਂ ਵਾਲੇ ਤਾਜਾਂ ਵਾਲੇ ਤੱਤਾਂ ਵਾਲੇ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਬਖਸ਼ਿਸ਼ ਕੀਤਾ ਹੋਇਆ ਪਾਵਨ ਫਤਿਹ ਦਾ ਨਾਲ ਪ੍ਰਵਾਨ ਕਰੀਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਹੇ ਇੱਕੋ ਵਾਰੇ ਕਹੇ ਤੇ ਰਸਨਾ ਨੂੰ ਕਰਕੇ ਪਵਿੱਤਰ ਬੜੇ ਅਦਬ ਦੇ ਨਾਲ ਝੁਕਾ ਕੇ ਗੁਰਦੇਵ ਸਾਹਿਬ ਜੀਆਂ ਨੂੰ ਸੀਸ ਆਖੋ ਜੀ ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਜਿਹੜੇ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨਾ ਸੰਗਤ ਦੀ ਗੌਰ ਗੌਰ ਉਹਨਾਂ ਨੂੰ ਫਿਰ ਆਪਣੀਆਂ ਭੁੱਲਾਂ ਬਖਸ਼ਾਵਣ ਦੇ ਲਈ ਵਾਰ ਵਾਰ ਜਨਮ ਲੈਣੇ ਪੈਂਦੇ ਨੇ ਸਤਿਕਾਰ ਯੋਗ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਜਿਨ੍ਹਾਂ ਦੀ ਪਾਵਨ ਬੰਦਗੀ ਤੇ ਕਰਨੀ ਨੂੰ ਯਾਦ ਕਰਨ ਦੇ ਵਾਸਤੇ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਗਵਾ ਰਹੇ ਹਾਂ ਸਤਿਕਾਰ ਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਜਿਤਨਾ ਕੁ ਸਮਾਂ ਹੈ ਆਪਣੇ ਕੋਲ ਗੁਰ ਇਤਿਹਾਸ ਗੁਰ ਵਿਚਾਰਾਂ ਨਾਲ ਜੁੜਨ ਦਾ ਯਤਨ ਕਰੀਏ ਸੰਗਤ ਜੀ ਜਿਨ੍ਹਾਂ ਬੰਦਗੀ ਕੀਤੀ ਜਿਨ੍ਹਾਂ ਭਗਤੀ ਕੀਤੀ ਫਿਰ ਉਹਨਾਂ ਦੀ ਪਿਆਰੀ ਸ਼ੋਭਾ ਵੀ ਜੁਗ ਜੁਗ ਹੋਈ ਯਾਦ ਕਰਨ ਵਾਸਤੇ ਮਹਾਂਪੁਰਖਾਂ ਨੂੰ ਸਦੇ ਬੈਠੇ ਆ ਸੰਗਤ ਜੀ ਧਿਆਨ ਦੇਣਾ ਕਿ ਵਿਦਵਾਨ ਪੱਕ ਮਾਲ ਦਾ ਕਥਨ ਕਰਦਾ ਆਂਦਾ ਜੰਗਲਾਂ 'ਚ ਵੀ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਤੇ ਰੱਬ ਨੂੰ ਵੀ ਹੱਸ ਕੇ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ ਸੰਤ ਰੇਣ ਨਾ ਨਦੀਏ ਸਾਸਾ ਨੂੰ ਖੋਰੇ ਗੋਦੜੀ 'ਚ ਛੁਪਿਆ ਲਾ ਲਾ ਜਿਵੇਂ ਸੰਗਤ ਦੇ ਵੱਲੋਂ ਹੁਕਮ ਹੋਇਆ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਿੰਨਾਂ ਦੇ ਪਾਵਨ ਜੀਵਨ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਚਾਨਣਾ ਪਾਇਆ ਜਾਵੇ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਰੱਖੀ ਜਾਵੇ ਆਓ ਜੀ ਜਿਤਨਾ ਕੁ ਸਮਾਂ ਹੈ ਗੁਰ ਇਤਿਹਾਸ ਗੁਰ ਵਿਚਾਰਾਂ ਨਾਲ ਜੁੜਨ ਦਾ ਯਤਨ ਕਰੀਏ ਵਿਦਵਾਨ ਲਿਖਦਾ ਆਂਦਾ ਹੁਸਨ ਕਹੇ ਮੈਂ ਸਭ ਤੋਂ ਵੱਡਾ ਮੇਰੀ ਖਲਕਤ ਸ਼ੋਭਾ ਕਰਦੀ ਹੁਣ ਜਿਹੜਾ ਬੰਦਾ ਆਪਣੇ ਸੋਹਣੇ ਹੋਣ ਤੇ ਮਾਣ ਕਰਦਾ ਕਿ ਮੇਰੇ ਵੱਲ ਸਾਰੀ ਦੁਨੀਆ ਵੇਂਦੀ ਹੈ ਮਾਣ ਕਰ ਲੈਂਦਾ ਹੈ ਉਹ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਖਲਕਤ ਸ਼ੋਭਾ ਕਰਦੀ ਪੈਸਾ ਕਹਿੰਦਾ ਮੈਂ ਸਭ ਤੋਂ ਵੱਡਾ ਮੇਰਾ ਦੁਨੀਆ ਪਾਣੀ ਭਰਦੀ ਅਕਲ ਕਹਿੰਦੀ ਐਵੇਂ ਕਿਵੇਂ ਕਹਿੰਦੀ ਮੈਂ ਵੱਡੀ ਮੈਂ ਵਿੱਚ ਕਚਹਿਰੀ ਲੜਦੀ ਤਕਦੀਰ ਕਹਿੰਦੀ ਨਾ ਨਾ ਤੁਸੀਂ ਸਾਰੇ ਝੂਠੇ ਮੈਂ ਜੋ ਚਾਹਾਂ ਸੋ ਕਰਦੀ ਪਰ ਮੈਂ ਆਖਾਂ ਮੇਰਾ ਸਤਿਗੁਰ ਵੱਡਾ ਜਿਹਦਾ ਤਕਦੀਰ ਵੀ ਪਾਣੀ ਪੜਦੀ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਸਜੇ ਬੈਠੇ ਆ ਸੰਗਤ ਜੀ ਧਿਆਨ ਦੇਣਾ ਅਸੀਂ ਸਾਰੇ ਜਾਣਦੇ ਹਾਂ
ਕਿ ਬਾਬਾ ਦੀਪ ਸਿੰਘ ਜੀਆਂ ਦੇ ਕੋਲ 18 ਸ਼ੇਰ ਦਾ ਖੰਡਾ ਸੀ, ਪਰ ਬੜੇ ਘੱਟ ਜਾਣਦੇ ਕਿ ਉਹ ਖੰਡਾ ਚੁੱਕਣ ਦੀ ਸ਼ਕਤੀ ਕਿੱਥੋਂ ਆਈ। ਸੰਗਤ ਜੀ ਭਗਤੀ ਵਿੱਚੋਂ ਹੀ ਸ਼ਕਤੀ ਪੈਦਾ ਹੁੰਦੀ ਹੈ। ਇਬਾਦਤ ਕਰਨ ਵਾਲਾ ਹੀ ਸ਼ਹਾਦਤ ਦਾ ਜਾਮ ਪੀ ਸਕਦਾ। ਇੱਕ ਵਿਦਵਾਨ ਕਹਿੰਦਾ ਆਂਦਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ। ਜਿੱਥੇ ਬਾਬਾ ਜੀਆਂ ਦੇ ਕੋਲ 18 ਸਿਰ ਦਾ ਖੰਡਾ ਸੀ ਨਾ, ਉੱਥੇ ਸਰੰਦਾ ਵੀ ਸੀ। ਹਰ ਰੋਜ਼ ਅੰਮ੍ਰਿਤ ਵੇਲੇ ਸਰੰਦਾ ਵਜਾ ਕੇ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ। ਬੰਦਗੀ ਐਡੀ ਗੁਰੂ 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 ਕਰਦੇ ਹੀ ਰਹਿਣਾ ਤੇ ਲਖਾਰੀ ਵੀ ਐਡੇ ਤਗੜੇ। ਚਾਰ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਆਪਣੇ ਹੱਥੀ ਲਿਖੇ। ਇੱਕ ਸਰੂਪ ਅਰਬੀ ਭਾਸ਼ਾ ਵਿੱਚ ਲਿਖਿਆ, ਉਹ ਅਰਬ ਕੰਟਰੀ ਵਿੱਚ ਭੇਜ ਦਿੱਤਾ। ਆਂਦੇ ਅਰਬ ਵਿੱਚ ਵਸਣ ਵਾਲਿਓ, ਆਪਣਾ ਤੁਹਾਡਾ ਵੀ ਭਲਾ ਹੋਵੇ। ਸਾਹਿਬਾਂ ਦੀ ਬਾਣੀ ਤੁਹਾਨੂੰ ਵੀ ਸਿਹਤ ਦਿੰਦੀ ਹੈ। ਤੇ ਜੇ ਕਲਗੀਆਂ ਵਾਲੇ ਪ੍ਰੀਤਮ ਦੇ ਨਾਲ ਮਿਲਾਪ ਦੀ ਗੱਲ ਕਰੀਏ ਨਾ, 18 ਸਾਲ ਦੀ ਉਮਰ ਹੈ, ਅਨੰਦਪੁਰੀ ਦੀ ਧਰਤੀ ਤੇ ਆ ਕੇ ਕਲਗੀਆਂ ਵਾਲੇ ਦੇ ਦਿਦਾਰੇ ਕੀਤੇ ਤੇ ਮੇਰੇ ਬਾਪੂ ਦੇ ਹੀ ਹੋ ਗਏ ਰਹਿ ਗਏ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਦੇ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਅੱਜ ਦੀਪੇ ਨੂੰ ਉਹ ਪੌਲ ਦੇ ਕੇ ਦੀਪ ਸਿੰਘ ਬਣਾ ਦਿੱਤਾ। ਇੱਕ ਦਿਨ ਪਾਤਸ਼ਾਹ ਆਖਣ ਲੱਗੇ, ਦੀਪ ਸਿੰਘ ਜੀ ਹੁਣ ਤੁਸੀਂ ਆਪਣੇ ਨਗਰ ਪਾਵਿੰਡ ਵਿਖੇ ਚਲੇ ਜਾਵੋ ਤੇ ਉੱਥੇ ਜਾ ਕੇ ਸਿੱਖ ਸੰਤਾਂ ਨੂੰ ਨਾਮ ਪਾਣੀ ਦੇ ਨਾਲ ਜੋੜੋ ਤੇ ਹਾਂ, ਜਿੰਨਾ ਚਿਰ ਤੱਕ ਤੁਹਾਨੂੰ ਬੁਲਾਇਆ ਨਹੀਂ ਜਾਵੇਗਾ ਉਹਨਾਂ ਚਿਰ ਤੱਕ ਤੁਸੀਂ ਸਾਡੇ ਕੋਲ ਵਾਪਸ ਨਹੀਂ ਆਉਣਾ। ਤੇ ਬਾਬਾ ਜੀ ਸੱਤ ਵਚਨ ਕਹਿੰਦੇ ਹੋਏ ਚਲੇ ਗਏ ਨਗਰ, ਜਾ ਕੇ ਸਿੱਖ ਸੰਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ। ਇੱਧਰ ਮੇਰਾ ਕਲਗੀਆਂ ਵਾਲਾ ਪ੍ਰੀਤਮ ਵੇਖੋ, ਚਿਹਰਾ ਕਿੰਨਾ ਤਕੜਾ। ਅਨੰਦਪੁਰੀ ਦੀ ਧਰਤੀ ਨੂੰ ਫਤਿਹ ਬੁਲਾਉਣੀ ਪਈ। ਸਰਸਾ ਦਾ ਸਰਸਾਲ ਯੁੱਧ ਚਮਕੌਰ ਦਾ ਸਾਡਾ ਸਰਹੱਦ ਦਾ ਸਾਡਾ ਵਰਤਿਆ। ਉਹ ਮੇਰਾ ਕਲਗੀਆਂ ਵਾਲਾ ਪ੍ਰੀਤਮ ਜਿਹੜਾ ਅਨੰਦਪੁਰੀ ਦੀ ਧਰਤੀ ਤੇ ਕਦੇ ਮਖਮਲੀ ਸੇਜਾ ਤੇ ਆਰਾਮ ਕਰਦਾ ਸੀ, ਅੱਜ ਮਾਛੀ ਵਾੜੇ ਦੇ ਜੰਗਲ ਹੈ। ਪਰ ਮੇਰਾ ਕਲਗੀਆਂ ਵਾਲਾ ਕੰਡਿਆਂ ਦੀ ਸੇਜ ਤੇ ਸੁੱਤਾ ਹੈ, ਜਿਸ ਸੀਸ ਤੇ ਛਤਰ ਝੁੜਦਾ ਸੀ ਪ੍ਰਸਾਦੀ ਹਾਥੀ ਚੌਰ ਚੜਦਾ ਸੀ, ਅੱਜ ਉਸ ਸੀਸ ਤੇ ਥੱਲੇ ਖੜਦਾ ਸਰਾਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮੇਰਾ ਕਲਗੀਆਂ ਵਾਲਾ ਗਾ ਰਿਹਾ। ਤੇ ਅੱਜ ਪੰਜ ਦਾ ਮਾਲਕ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਿਆ। ਇੱਥੇ ਸਿੰਘ ਪ੍ਰੇਮ ਵਾਲੇ ਮਹਾਰਾਜ ਦੇ ਪਾਤਸ਼ਾਹ ਜੀਆਂ ਦੇ ਕੋਲੇ ਬੈਠੇ ਆਂਦੇ ਮਹਾਰਾਜ, ਤੁਸੀਂ ਆਖਿਆ ਸੀ ਜਦੋਂ ਸਮਾਂ ਮਿਲਿਆ ਤੁਹਾਨੂੰ ਗੁਰਬਾਣੀ ਅਤੇ ਨਾਲ ਨਾਲ ਗੁਰਬਾਣੀ ਦੇ ਅਰਥ ਸੁਣਾਵਾਂਗੇ। ਪਾਤਸ਼ਾਹ ਜੀ ਕਰ ਦਿਓ ਕਿਰਪਾ। ਮਹਾਰਾਜ ਕਹਿੰਦੇ ਆਪਣਾ ਸਿੰਘ ਦੀਪ ਸਿੰਘ ਆਪਣੇ ਨਗਰ ਗਿਆ ਨੂੰ ਹੁਕਮ ਹੋਇਆ ਸੀ, ਜਿੰਨਾ ਚਿਰ ਬੁਲਾਇਆ ਨਹੀਂ ਜਾਵੇਗਾ ਸਾਡੇ ਕੋਲ ਆਉਣਾ ਨਹੀਂ, ਜਾਓ ਦੀਪ ਸਿੰਘ ਜੀ ਨੂੰ ਲੈ ਕੇ ਆਓ। ਜਦੋਂ ਨਾਮ ਪਾਣੀ ਵਿੱਚ ਰੰਗੇ ਹੋਏ ਬਾਬਾ ਜੀਆਂ ਨੂੰ ਸਤਿਗੁਰਾਂ ਦੇ ਕੋਲ ਲੈ ਕਰਕੇ ਆਂਦਾ ਗਿਆ, ਆ ਕੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ, ਇਤਨਾ ਬੈਰਾਗ ਕੀਤਾ, ਹੰਝੂਆਂ ਦੀ ਝੜੀ ਨੇ ਮੇਰੇ ਸਤਿਗੁਰਾਂ ਦੇ ਚਰਨ ਧੋ ਦਿੱਤੇ। ਪਾਤਸ਼ਾਹ ਕਹਿੰਦੇ ਦੀਪ ਸਿੰਘ ਜੀ ਇਤਨਾ ਬੈਰਾਗ ਕਿਉਂ ਕਰਦੇ ਹੋ? ਆਂਦੇ ਮਹਾਰਾਜ ਮੇਰਾ ਵੀ ਦਿਲ ਕਰਦਾ ਸੀ ਮੈਂ ਅਜੀਤ ਸਿੰਘ ਵਾਂਗ ਖੰਡੇ ਖੜਕੁੰਦਾ, ਮੈਂ ਵੀ ਅਜੀਤ ਸਿੰਘ ਵਾਂਗ ਸ਼ਹਾਦਤ ਦਾ ਜਾਮ ਪੀਂਦਾ, ਮੈਨੂੰ ਸ਼ਹਾਦਤ ਦੇ ਜਾਮ ਤੋਂ ਵਾਂਝਾ ਕਿਉਂ ਰੱਖਿਆ? ਪਾਤਸ਼ਾਹ ਕਹਿੰਦੇ ਕਿਉਂ ਦੀਪ ਸਿੰਘਾ, ਹੁਣ ਖੰਡੇ ਨਹੀਂ ਖੜਕਣਗੇ, ਉਹ ਖੰਡਾ ਵੀ ਖੜਕਣਗੇ। ਤੇ ਦੀਪ ਸਿੰਘਾ ਤੇਰਾ ਇਹੋ ਖੰਡਾ ਖੜਕੂ ਕਿ ਤੇਰੇ ਖੜਕੇ ਹੋਏ ਖੰਡੇ ਦੀਆਂ ਗੱਲਾਂ ਘਰ ਘਰ ਦੇ ਵਿੱਚ ਹੋਣਗੀਆਂ। ਜਾਓ ਕਰਤਾਰਪੁਰ ਜਾਓ, ਧੀਰ ਮੱਲੀਆਂ ਦੇ ਕੋਲੋਂ ਗੁਰਬਾਣੀ ਦੇ ਸਰੂਪ ਲੈ ਕੇ ਆਓ।
ਸਤ ਬਚਨ ਮਹਾਰਾਜ ਨਾ ਦਿੱਤੇ ਮਹਾਰਾਜ ਕਹਿੰਦੇ ਆਖਣਾ ਕੁਝ ਨਹੀਂ ਵਾਪਸ ਆ ਜਾਇਓ ਸਤ ਬਚਨ ਮਹਾਰਾਜ ਹੁਣ ਧੀਰ ਮਲੀਆਂ ਕੋਲ ਗਏ ਬੜੇ ਪਿਆਰ ਨਾਲ ਬਾਬਾ ਜੀ ਨੇ ਗੁਰਬਾਣੀ ਦੇ ਸਰੂਪ ਮੰਗੇ ਧੀਰ ਮਲੀਆਂ ਅੱਗੋਂ ਆਉਂਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਜੋਤ ਕਿਹਨਾਂ ਦੀ ਬਾਬਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਪਰ ਕਹਿੰਦੇ ਆਪ ਕਿਉਂ ਨਹੀਂ ਗ੍ਰੰਥ ਤਿਆਰ ਕਰ ਲੈਂਦੇ ਸਾਡੇ ਵੱਲ ਕੀ ਮਹਿੰਦੇ ਹੋ ਬਾਬਾ ਜੀ ਕਹਿੰਦੇ ਦੱਸਤਾ ਦਿੰਦੇ ਪਰ ਮੇਰੇ ਬਾਪੂ ਦਾ ਹੁਕਮ ਹੋਇਆ ਆਖਣਾ ਕੁਝ ਨਹੀਂ ਆ ਗਿਆ ਵਾਪਸ ਪਾਤਸ਼ਾਹ ਕੋਲ ਸਾਰੀ ਵਾਰ ਤਾਂ ਦੱਸੀ ਹੈ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਘਬਰਾਉਣ ਦੀ ਕੋਈ ਲੋੜ ਨਹੀਂ ਅਕਾਲ ਪੁਰਖ ਵਾਹਿਗੁਰੂ ਭਲੀ ਕਰੇਗਾ ਅਸੀਂ ਗੁਰਬਾਣੀ ਲਿਖਾਵਾਂਗੇ ਭਾਈ ਮਨੀ ਸਿੰਘ ਜੀ ਗੁਰਬਾਣੀ ਲਿਖਣਗੇ ਤੇ ਤੁਸੀਂ ਨਾਲ ਸਹਾਇਕ ਹੋਵੋਗੇ ਸਿਆਹੀ ਕਲਮਾਂ ਤੇ ਕਾਗਜ਼ ਦਾ ਖਾਸ ਪ੍ਰਬੰਧ ਹੋ ਗਿਆ ਮੇਰੇ ਪਾਤਸ਼ਾਹ ਰੋਜ਼ ਰੋਜ਼ ਗੁਰਬਾਣੀ ਸੁਣਾਉਂਦੇ ਅਤੇ ਨਾਲ ਨਾਲ ਅਰਥ ਵੀ ਸੁਣਾਉਂਦੇ ਨੇ ਗੁਰਬਾਣੀ ਲਿਖਾ ਰਹੇ ਨੇ ਅੱਜ ਗੁਰਬਾਣੀ ਲਿਖਾਉਂਦਿਆਂ ਲਿਖਾਉਂਦਿਆਂ ਪੰਕਤੀ ਆਈ ਜੋ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 1411 ਅੰਕ ਤੇ ਸੁਸ਼ੋਭਿਤ ਹੈ ਜਿਉਂ ਜਿਉਂ ਪ੍ਰੇਮ ਖੇਲਣ ਲਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਬਾਬਾ ਦੀਪ ਸਿੰਘ ਜੀ ਕਹਿੰਦੇ ਮਹਾਰਾਜ ਆ ਕੋਈ ਸੀਸ ਤਲੀ ਤੇ ਧਰ ਕੇ ਵੀ ਆ ਸਕਦਾ ਮਹਾਰਾਜ ਜੀ ਬਾਬਾ ਜੀ ਵੱਲ ਵੇਖੀ ਜਾਂਦੇ ਤੇ ਕਹਿੰਦੇ ਦੀਪ ਸਿਆ ਆ ਕਿਸੇ ਹੋਰ ਦਾ ਤੇ ਪਤਾ ਨਹੀਂ ਪਰ ਤੂੰ ਸੀਸ ਤਲੀ ਤੇ ਧਰ ਕੇ ਜ਼ਰੂਰ ਹੋਵੇਂਗਾ ਤੁਹਾਨੂੰ ਕਾਂਗਰਸ ਦਾ ਮਹਾਰਾਜ ਜੀ ਦਾ ਸੰਪੂਰਨ ਸਰੂਪ ਤਿਆਰ ਕੀਤਾ ਇਸ ਦਾ ਪ੍ਰਕਾਸ਼ ਤਮਾ ਸਾਹਿਬ ਦੀ ਧਰਤੀ ਤੇ ਕੀਤਾ ਸੇਵਾ ਸੌਂਪ ਕੇ ਬਾਬਾ ਜੀ ਨੂੰ ਮੇਰਾ ਪਾਤਸ਼ਾਹ ਵੱਧਦਾ ਜਾ ਰਿਹਾ ਦੱਖਣ ਨੰਦੇੜ ਦੀ ਧਰਤੀ ਵੱਲੇ ਇੱਥੇ ਪਿਆਰਿਓ ਧਿਆਨ ਦਿਆ ਜੇ ਇੱਧਰ ਅਮਦ ਸ਼ਾਹ ਅਬਦਾਲੀ ਇਹ ਹਿੰਦੁਸਤਾਨ ਤੇ ਤਿਲ ਨਮ ਲੈ ਕਰ ਚੁੱਕਾ ਤੇ ਚੌਥੀ ਵਾਰ ਬਾਦਸ਼ਾਹ ਆਲਮਗੀਰ ਸਾਨੀ ਦਾ ਬੁਲਾਇਆ ਜਿਹੜਾ ਕੰਧਾਰ ਤੋਂ ਰਵਾਨਾ ਹੋਇਆ ਇਹ ਦਰਿਆ ਅਟਕ ਪਾਰ ਕਰਕੇ ਲਾਹੌਰ ਪੁੱਜਾ ਲਾਹੌਰ ਤੋਂ ਦਰਿਆ ਸਤਲੁਜ ਪਾਰ ਕਰਕੇ ਦਿੱਲੀ ਪੁੱਜਾ ਇਹਨੇ ਇੱਥੋਂ ਦੇ ਹੁਸਨ ਲੁੱਟਿਆ ਇੱਥੋਂ ਦੇ ਕਾਰੋਬਾਰ ਇਹਨੇ ਤਬਾਹ ਕੀਤੇ ਬਹੁ ਬੇਟੀਆਂ ਨੂੰ ਬੰਨ ਕੇ ਲਿਜਾ ਰਿਹਾ ਤੇ ਸਿੰਘਾਂ ਨੂੰ ਪਤਾ ਲੱਗਾ ਇਹਦੇ ਮਗਰੇ ਲੱਗ ਗਏ ਰਾਤਾਂ ਨੂੰ ਛਾਪਾ ਮਾਰ ਕੇ ਇਹਦਾ ਮਾਲ ਖੋ ਲੈਂਦੇ ਤੇ ਬਹੁ ਬੇਟੀਆਂ ਨੂੰ ਛਡਾ ਲੈਂਦੇ ਹੁਣ ਅਮਦ ਸ਼ਾਹ ਦੀ ਸਿੱਖਾਂ ਤੋਂ ਤੰਗ ਆ ਕੇ ਕਹਿੰਦਾ ਉਹ ਕੌਣ ਸਾਜੋ ਜਿਨ੍ਹਾਂ ਨੇ ਮੈਨੂੰ ਲੁੱਟਿਆ ਇਹ ਕੁਝ ਦਾ ਸੂਇਆ ਕੀਤਾ ਭਾਈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇਹਨਾਂ ਨੂੰ ਹਰਿਮੰਦਰ ਸਾਹਿਬ ਤੋਂ ਸ਼ਕਤੀ ਮਿਲਦੀ ਹੈ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਜੁਬਾ ਲਾ ਕੇ ਤਾਂ ਮੁੜਦੇ ਹੀ ਜਿੰਦੇ ਹੋ ਜਾਂਦੇ ਆ ਧਿਆਨ ਦਿਆ ਤੇ ਇੱਕ ਮੁਗਲ ਮੇਰੇ ਕਲਗੀ ਤੇ ਪਾਤਸ਼ਾਹ ਮਹਾਰਾਜ ਜੀਆਂ ਦੀ ਸਿਫਤ ਕਰ ਰਿਹਾ ਆਂਦਾ ਮੁਰਸ਼ਦ ਇਨਕਾ ਬਲੀ ਭਇਓ ਹੈ ਇਨਕੋ ਆਬੈ ਹਯਾਤ ਦਿਓ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਵਰਗਾ ਬਲੀ ਜੋਰਾਵਰ ਜਜਾਰੂ ਬਹਾਦਰ ਕਹਿੰਦਾ ਮੈਂ ਨਹੀਂ ਕਿਧਰੇ ਵੇਖਿਆ ਕਹਿੰਦਾ ਜੇ ਕਲਾਮ ਲੜਦਾ ਤੇ ਪਾਣੀ ਨੂੰ ਆਪੇ ਹਯਾਤ ਅੰਮ੍ਰਿਤ ਬਣਾ ਦਿੰਦਾ ਹੈ ਤੇ ਜਿਹੜਾ ਵੀ ਉਸ ਅੰਮ੍ਰਿਤ ਦੇ ਪਾਣੀ ਕੋਲ ਛਕਦਾ ਕਹਿੰਦਾ ਹਿੰਦੁਸਤਾਨ ਦੇ ਗਿੱਦੜਾ ਵਰਗੇ ਲੋਕ ਵੀ ਬੱਬਰ ਸ਼ੇਰ ਬਣ ਗਏ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ ਨਾ ਜਿੰਨਾ ਚਿਰ ਬੈਰਾਗੀ ਸੀ ਉਹਨੇ ਕਦੇ ਮੱਛਰ ਤੇ ਜੂ ਨਹੀਂ ਸੀ ਮਾਰ ਕੇ ਵੇਖੀ ਪਰ ਜਦੋਂ ਰਗਾਂ ਦੇ ਵਿੱਚ ਅੰਮ੍ਰਿਤ ਗਿਆ ਤੇ ਸੰਗਤ ਜੀ ਫਿਰ ਸਰਹੱਦ ਦੀ ਇੱਟ ਦੇ ਨਾਲ ਇੱਟ ਵੀ ਖੜਕਾਈ ਹੁਣ ਅਹਿਮਦ ਸ਼ਾਹ ਅਬਦਾਲੀ ਇਹ ਸਿੱਖਾਂ ਤੋਂ ਤੰਗ ਆਇਆ ਆਂਦਾ
ਆਪਣੇ ਪੁੱਤਰ ਤੈਮੂਰ ਸ਼ਾਹ ਅਤੇ ਸੈਨਾਪਤੀ ਜਹਾਨ ਖਾਨ ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਕਰਦਾ। ਹੁਣ ਜਹਾਨ ਖਾਨ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕਰਦਾ, ਹਰਿਮੰਦਰ ਸਾਹਿਬ ਦਾ ਸਰੋਵਰ ਪੂਰਨਾ ਸ਼ੁਰੂ ਕਰ ਦਿੱਤਾ, ਆਪਣੇ ਦਰਬਾਰ ਦੀ ਆਪਣੇ ਸਰੋਵਰ ਦੀ ਬੇਅਦਬੀ ਹੁੰਦੀ। ਅੱਗੇ ਵੇਖਦਾ ਭਾਈ ਭਾਗ ਸਿੰਘ ਬਈ ਇਹਦਾ ਆਪਣੇ ਤਲਵਾਰ ਦੇ ਮੁੱਠ ਨੂੰ ਹੱਥ ਗਿਆ ਤੇ ਨਾਲ ਹੀ ਮਨ ਵਿੱਚ ਆਇਆ ਭਾਗ ਸਿੰਘ ਕੱਲਾ ਹੀ ਹੈ, ਕਿੰਨਾ ਤੈਨੂੰ ਮਾਰੇਗਾ, ਜਾ ਜਾ ਕੇ ਦੱਸ ਉਹ ਜਿੱਥੇ ਬੈਠੇ ਦਾ ਪੱਟਾ ਦਾ ਬੁੱਢਾ ਜਰਨਲ ਬਾਬਾ ਦੀਪ ਸਿੰਘ ਸਾਹਿਬ ਲੱਭ ਜਿਹੜਾ ਹੋਇਆ ਆਪਣੇ ਕੋਲ ਤੇ ਸਵਾਲ ਸਵਾਲ ਹੋ ਰਿਹਾ, ਦਗੜ 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 ਕਰਦਾ ਹਵਨ ਕਰਦਾ ਹੋਇਆ ਗੱਲਾਂ, ਜਾ ਪਹੁੰਚਾ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਜੀ ਦਾ ਲੱਗਿਆ ਦਰਬਾਰ, ਪਰੇ ਦਰਬਾਰ ਜਾ ਕੇ ਸਿੰਘ ਨੇ ਤਾਹਾ ਮਾਰ ਕੇ ਬੇਅਦਬੀ ਦਾ ਹਾਲ ਹੈ ਹੂੰ।
ਸਾਹਿਬ ਜੀ ਨੂੰ ਮਨਜ਼ੂਰ। ਮੌਸਮ ਖਰਾਬ ਹੋਣ ਕਰਕੇ ਬਾਰਿਸ਼ ਦੇ ਕਾਰਨ ਸਮਾਗਮਾਂ ਦੀ ਇੱਥੇ ਸਮਾਪਤੀ ਹੈ। ਜਿੰਨੀ ਹਾਜ਼ਰੀ ਮਹਾਰਾਜ ਦੀਆਂ ਦੇ ਦਰ ਤੇ ਲੱਗੀ, ਆਪ ਸੰਗਤ ਸੱਜੀ ਬੱਠੀ ਦੀ ਸੰਗਤ ਦੇ ਧੰਨਵਾਦੀ ਹਾਂ। ਸਾਰੀ ਸੰਗਤ ਦੇ ਧੰਨਵਾਦੀ, ਜਿਹਨਾਂ ਵੱਲੋਂ ਮਾਣ ਪਿਆਰ ਸਤਿਕਾਰ ਦੇ ਕੇ ਨਿਵਾਜਿਆ ਗਿਆ। ਸਤਿਕਾਰਯੋਗ ਬਾਬਾ ਜੀ, ਬਾਬਾ ਜੀ ਵਾਹਿ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ ਜਿਹਨਾਂ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ ਬੋਲ ਸਕਦੇ। ਐਵੇਂ ਜਿਵੇਂ ਸੂਰਜ ਨੂੰ ਦੀਵਾ ਦਿਖਾਉਣਾ ਹੋਵੇ ਤੇ ਸੂਰਜ ਦੇ ਸਾਹਮਣੇ ਦੀਵੇ ਦੀ ਕੀ ਔਕਾਤ। ਆਪ ਸੰਗਤਾਂ ਨੇ ਸਾਜ ਕਰਕੇ ਮਹਾਰਾਜ ਦੀ ਹਜ਼ੂਰੀ ਅੰਦਰ ਹਾਜ਼ਰੀਆਂ ਲਗਵਾਈਆਂ। ਇੱਥੇ ਜਥੇ ਨੂੰ ਬਖਸ਼ ਦਿਓ ਜੀ, ਛੁੱਟੀਆਂ ਬਖਸ਼ ਦਿਓ ਜੀ, ਅਸੀਸ ਸ਼ੁਕਰਾਨੇ ਕਰੀਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ, ਜਿਨ੍ਹਾਂ ਨੇ ਤਰਸ ਕਰਕੇ ਰਹਿਮਤ ਕਰਕੇ ਆਪਣੀ ਗੋਦ ਅਨੰਗ ਦਿੱਤਾ। ਆਓ ਜੀ ਫਤਿਹ ਗਜਾਈਏ, ਕੋਈ ਵੀ ਨਿਸ਼ਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਜੀ ਵਾਹ ਵਾਹ।